ਅਸਲਾਮ ਵਾਲੇਕੁਮ, ਕੀ ਹਾਲ ਵੀਰੋ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਅਤੇ ਅੱਜ ਦਾ ਵਲੋਗ ਆਪਾਂ ਸਟਾਰਟ ਕਰਦੇ ਹਾਂ। ਕਹਿੰਦੇ ਠੰਡ ਲੰਘਦੀ ਜਾਂਦੀ ਆ ਅਤੇ ਮੂੰਹ ਸਲੂਣਾ ਹੋਇਆ ਕੋਈ ਨਹੀਂ। ਅੱਜ ਇੱਥੇ ਸਾਡੇ ਮੰਡੀ ਲੱਗੀ, ਕਹਿੰਦੇ ਉੱਥੇ ਜਾਂਦੇ ਹਾਂ, ਉੱਥੋਂ ਲੈ ਕੇ ਆਉਂਦੇ ਹਾਂ ਲੇਲਾ ਅਤੇ ਬੱਕਰਾ, ਬੱਕਰਾ ਕਰਕੇ ਪਕਾ ਕੇ ਖਾਂਦੇ ਹਾਂ। ਮੈਂ ਕਿਹਾ ਚਲੋ ਠੀਕ ਹੈ ਅਤੇ ਚੱਲੇ ਹਾਂ ਅਸੀਂ ਬੱਕਰਾ ਲੈਣ, ਦੇਖਦੇ ਹਾਂ ਅੱਗੇ ਕੀ ਹੁੰਦਾ, ਕਿੰਨੇ ਦਾ ਮਿਲਦਾ ਹੈ, ਕੀ ਹਿਸਾਬ ਕਿਤਾਬ ਹੈ। ਪੂਰਾ ਵਲੋਗ ਲਾਜ਼ਮੀ ਦੇਖਣਾ, ਮਜ਼ਾ ਆਏਗਾ। ਹਾਂਜੀ, ਤੇ ਮੰਡੀ ਅਸੀਂ ਪਹੁੰਚੇ ਆ, ਵੇਖਦੇ ਆ ਇੱਥੋਂ ਲੇਲੇ ਲੈ ਕੇ ਭਾਈ ਫਿਰਦੇ ਪਏ ਨੇ, ਵੇਖਦੇ ਆ ਕਿਹੜਾ ਲੇਲਾ ਆਪਾਂ ਲੈਣੇ ਆ। ਕਿੰਨੇ ਪੈਸੇ ਮੰਗਦੇ? 10 ਕਿੰਨੇ ਦਾ? 14,000। ਕਿੰਨੇ ਦਾ ਦੇਣਾ? 15,000। ਪੱਕਾ ਪੂਰਾ? 16,000। ਹਾਂ ਫਿਰ ਨਹੀਂ ਦੇਣਾ 16,000 ਰੁਪਇਆ, ਠੀਕ ਹੈ ਨਿੱਕਾ ਜਿਹਾ ਲੈ ਲੈ। ਚਲੋ ਮਰਜ਼ੀ ਆ ਤੇਰੀ ਭਰਾ। ਹਾਂ ਬਈ ਭਾਈਆ, ਕੀ ਹਾਲ ਹੀ? ਲੇਲਾ ਵੇਚਣਾ ਹੀ? ਕਿੰਨੇ ਪੈਸੇ ਲੈਣੇ? ਕਿੰਨੇ ਦਾ ਜੀ? ਕਿੰਨੇ ਦਾ ਜੀ? 60,000 ਦਾ। ਅਸੀਂ ਯਾਰ ਕਰਕੇ ਖਾਣਾ, ਸਾਨੂੰ ਸਸਤਾ ਦੇ ਦੇ। ਹਾਂ ਬਾਕੀ ਮੂੰਜੀ ਵੱਡੀ ਤਾਂ ਲੀਲੀ। ਹਾਂ ਹੋਏਗੀ, ਕਿਉਂ ਨੀ, ਮੂੰਜੀ ਬੜੀ ਹੁੰਦੀ ਹੈ। ਹਾਂ ਠੀਕ ਹੈ, ਆਈ ਜਾ ਤੂੰ ਵੀ ਖਾ ਲਈ ਵਿੱਚੋਂ, ਨਾਲ ਹੀ ਬਹਿ, ਤੇਰੇ ਸਾਹਮਣੇ ਕਰਾਂਗੇ। ਹੈ ਨਹੀਂ ਦੇਣਾ? ਕਾਲੀਆਂ ਮਿਰਚਾਂ ਚ ਲੈ, ਨਾਲ ਜਿਹੜੇ 3-4 ਜਣੇ ਆਏ, ਮੈਂ ਕਿਹਾ ਇਕੱਠੇ ਕਰਕੇ ਖਾਂਦੇ ਆ। ਕਿਉਂ ਭਾ? ਕਹਿੰਦਾ 60,000 ਰੁਪਈਆ, ਮੈਂ ਕਿਹਾ ਸਾਡੇ ਕੋਲ 18,000 ਦੇ ਦੇ। ਚਲੋ ਕਿੰਨੇ ਪੈਸੇ ਭਾਈ? ਇਹ ਤੇ ਨਾ ਦੇਣ ਵਾਲੀਆਂ ਗੱਲਾਂ। 35,000 ਇੰਨਾ ਕੁ ਆ? ਸੌਦਾ ਨਹੀਂ ਬਣਿਆ ਉਹਦੇ ਨਾਲ? ਨਹੀਂ, ਸੌਦਾ ਨਹੀਂ ਬਣਿਆ। ਕਿੰਨੇ ਮੰਗਦੇ? ਲੈਣਾ ਕੀ ਆ? ਪੱਕੀ ਗੱਲ ਕਰ, ਪੱਕੀ ਨਾ ਫੜ। 18,000 18,000 ਬਹੁਤਾ ਛੋਟਾ ਯਾਰ, ਚਾਚਾ 10 ਕਿੰਨੇ ਦਾ? ਫਿਰ ਕਿੰਨਾ ਗੋਸ਼ਤ ਹੈ? ਕਿੰਨਾ ਗੋਸ਼ਤ? ਖਾਣਾ ਕਿਵੇਂ ਚਾਚਾ ਕਰਕੇ ਖਾਣਾ? 10 ਕਿੰਨੇ ਦਾ? 10 ਪੱਕੀ ਗੱਲ, ਪੱਕੀ ਬਾਤ। 10,000 ਠੀਕ ਹੈ ਯਾਰ, 15 ਦੇ ਦੇ ਠੀਕ ਹੈ, ਫਾਈਨਲ ਹੋਣੇ ਤੋਂ ਬਾਅਦ ਨਹੀਂ ਕਰਨਾ।
चाचा फैन पौंदा ते मैं पट्ठे ही आ ताना ते मेरे मोली कह मोली कह नहीं 12 किलो बकरा ते तू मोली हो 1500 ओ बकरा ही खाना को पट्ठे को दिखा रहा के बकरा लूई दी है 9 किलो 2000 नु किन्ने दा पा चाचा ठीक है फिर बराबर होया तो 500 और पा हां 21000 इदी पर्ची पर्ची भी हुंदी ओ पर्ची ओथे कि देदे लो जी बकरी लै के गए थे स्कूटर ते एक छापर च आ गई है 12-14 आ गया आप पकाते हैं। हाँ जी, तो बकरा पकान का समान आ गया। जैनी कढ़ाई चुक लिया, इन्हें बकरे पकन की खुशी च वर्दी भी नहीं लाई, तो असं भी नहा नू के आ गए हाँ। अस क्या जरा साफ सुथरे होकर पकाई आ अपना कोके क्यों हो इन्हें भी नवा लें। चलो 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 खिंचो तैयारी, मेनू लगता रात को फिर मीह आ जाना। जुड़े रहना, अज बकरा पकाना है आप कढ़ाई के छोरे वाला। लो जी, ये बन गया अपना चूल्हा, ये बालांगे लकड़ा ते काम स्टार्ट करन लगे हां। लिया उस्ताद जी बालन ते ना अपना बाल दी, एक मिनट कढ़ाई रख के वेख ले। लै हिलदी भी नहीं, काम यस हो गया है ना। चलो बालो पहला अग बाल दीए है। बालन बालन बकरा हाले पक्या नहीं, ताकत पहले ही आ गई फीलिंग आ रही है ना। ये किल बड़े ने उस्ताद जी, किल ना मरवा लिया जी। माचिस लिया, अग बाली लिया, लिया लिया यार माचिस लग गई। लो जी लग गई अग। उस्ताद जी पानी पुनी गड़वे भरे ने, गड़वे भरे ने, अगर अग बाले ना फिर रखनी है कढ़ाई। रखो रखो काम स्टार्ट करिए। यार फटियां ते सड़ जानी होनी एक मिनट च, ता इहदे बाल दे पिया फिर इहना तो अग बलदी रहेगी ना। ऐ कुछ नहीं, फटियां ला पर आ निकियां ला ना पहला। बल गई है बस उस्ताद, इन बालन खत्म ना कर। पानी पा के बिच गोश्त धो सटीए, धो धो है धो गोश्त, कढ़ाई उत्ते रख के पानी पा के धो धो के बिच सटी जाने हैं। हाँ मर्च मसाला भी करो नेड़े। हाँ जा नमक मर्च लिया फड़ के डब्बे। ऐ बालन ऐ बाला कढ़ दे। नहीं नहीं इन्ने ना लाओ, इको बारी पावा पानी का करवा अद्धा करवा पा इन सोवे कर पानी पा तू पा इस पानी चल इन्हू ना ਉਹ ਲੈਦਾ ਪਾ ਲੈਣਾ ਉਹ ਗੜਵੇ ਜੀ ਸੁੱਟ ਲੈਣ ਜੀ ਉਹ ਗੜਵੇ ਜੀ ਸੁੱਟ ਲੈ ਧੋ ਧੋ ਕੇ ਇਹਦੇ ਚ ਸੜਦੇ ਆ ਪਾਣੀ ਪਾਵਾਂ ਇਹਦੇ ਚ ਇਹਨਾਂ ਗੜਵੇ ਜੀ ਸਾਫ ਸੁਥਰਾ ਨੇ ਬੜਾ ਵਧੀਆ ਬਣਾ ਕੇ ਦਿੱਤਾ ਬੋਟੀ ਛੋਟੀ ਕਰਾਣੀ ਹੈ ਜਰਾ ਛੋਟੀ ਜੀ ਬੋਟੀ ਕੱਟ ਕੇ ਪਾਵਾਂ ਦੇ ਇੱਧਰ
ਇਹਨੂੰ ਪਹਿਲਾਂ ਧੋਤਾ ਸੀ? ਅੱਛਾ ਦੂਜੀ ਵਾਰੀ ਧੋ ਰਹੇ ਹੋ? ਸਾਫ਼ ਸੁਥਰਾ ਓਕੇ ਆਰਾਮ ਨਾਲ ਸੁੱਟ ਅਦਰਕ ਅਦਰਕ ਬਾਹਰ ਲੋ ਜੀ ਆ ਕਿਲੋ ਟਮਾਟਰ ਲਿਆਂਦੇ ਨੇ ਪਾਈਆ ਮਿਰਚਾਂ ਤੇ ਪਾਈਆ ਅਦਰਕ ਡੇਢ ਕਿਲੋ ਗੰਢੇ ਤੇ ਇੰਜੀ ਇਹਦੇ ਵਿੱਚ ਪਾ ਦੇਣੇ ਨੇ ਲਾਲ ਮਿਰਚਾਂ ਨਹੀਂ ਪਾ ਪਾਣੀਆਂ ਠੀਕ ਹੋ ਠੀਕ ਹੈ ਕਾਲੀ ਮਿਰਚ ਪਾਵਾਂਗੇ ਤੇ ਸਬਜ਼ ਮਿਰਚ ਭਾਈ ਸਬੂਤੇ ਸੁੱਟ ਦੋ ਇੰਨੇ ਵੀ ਕਿਉਂ ਕੱਟਣ ਦੇ ਆ ਪਤਾ ਲੱਗ ਜਾਂਦਾ ਵਿੱਚ ਕਾਣਾ ਛਾਣਾ ਨਾ ਹੋਵੇ ਤੁਰੇ ਤੁਰੇ ਕੱਤੋ ਤੇ ਸਹੀ ਨਾ ਇਹ ਆਪੀ ਗੱਲ ਜਾਣਾ ਤੂੰ ਜੇ ਨਾ ਗਲਿਆ ਕਿਉਂ ਨਾ ਗਲਿਆ ਵੇਖੀ ਤੂੰ ਬਾਲੇ ਲੱਕੜਾਂ ਲਾਈਆਂ ਨਾ ਹਰ ਸ਼ਾ ਸਾੜ ਦੇ ਚੀਰੇ ਦੇ ਓਹਦੇ ਨਮਕ ਲਾ ਕੇ ਪਰ ਉਹ ਸਬੂਤੀਆਂ ਹੀ ਸੱਟਣ ਦੇ ਸਾਬਤ ਹੀ ਸੱਟਣ ਇਹ ਆਪਾਂ ਹੀ ਖਾਣਾ ਨਾ ਇਹ ਆਪਾਂ ਹੀ ਖਾਣਾ ਮਨਾਨ ਨੂੰ ਕਹਿ ਕਾਲੀਆਂ ਮਿਰਚਾਂ ਦਾ ਡੱਬਾ ਲਿਆਏ ਨਮਕ ਲਿਆਏ ਇਹ ਕਾਲੀ ਮਿਰਚ ਆ ਇਹ ਕਾਲੀ ਮਿਰਚ ਪੀਸੀ ਨਾ ਬਹੁਤ ਜ਼ਿਆਦਾ ਹੋ ਗਈ ਜ਼ਿਆਦਾ ਪਾਈ ਬਸ ਠੀਕ ਹੈ ਹਿਸਾਬ ਦੀ ਪਾਈ ਨੂਨ ਨਮਕ ਥੋੜਾ ਪਾਣਾ ਸੀ ਉਹ ਬਸ ਕਰ ਫੇਰ ਪਾ ਲਾਂਗੇ ਨਹੀਂ ਜ਼ਿਆਦਾ ਹੁੰਦਾ ਯਾਰ ਸਤਾ ਜੀ ਕੀ ਹੋ ਗਿਆ 10 12 ਦਿਨ ਬੱਕਰਾ ਨੂਨ ਦਾ ਕੀ ਨੂਨ ਤੇ ਫੇਰ ਵੀ ਪਈਏਗਾ ਪਿਆਜ਼ ਕੱਟਣਾ ਹੁਣ ਪਿਆਜ਼ ਰਹਿ ਗਿਆ ਅਦਰਕ ਛਿੱਲੋ ਅਦਰਕ ਛਿੱਲ ਕੇ ਪਾਣਾ ਹੀ ਛਿੱਲ ਕੇ ਭਾਈ ਜਿੱਥੇ ਸਾਰਾ ਕੁਝ ਇੰਜ ਹੀ ਪਾ ਦੇ ਅਦਰਕ ਵੀ ਇੰਜ ਹੀ ਪਾ ਦਿਓ ਫਿਰ ਇਹ ਵੀ ਗੱਲ ਹੀ ਜਾਣਾ ਥੋਮ ਨਹੀਂ ਲਿਆਦਾ ਥੋਮ ਇਹ ਮੂਲੀ ਕੰਡੇ ਨਾਲ ਰਗੜੋ ਥੋਮ ਹੀ ਜਾਈ ਜਾਂਦਾ ਲੋ ਜੀ ਹੁਣ ਅਦਰਕ ਜਿਹੜਾ ਉਹ ਮੂਲੀ ਕਾਸ਼ਤ ਕਰਦਾ ਪਏ ਆ ਅਤੇ ਇੱਧਰ ਜਿਹੜਾ ਗੋਸ਼ਤ ਉਹ ਵੀ ਪਾਂਬੜ ਚੜਿਆ ਬਾਲ ਬੈਠੇ ਨੇ ਵੇਟ 'ਚ ਕਦੋਂ ਪੱਕੇ ਹੈ ਇਹ ਲੱਗ ਜਾਣੇ ਹਲੇ ਵੀ ਅੱਧਾ ਘੰਟਾ ਕੰਮ ਬੜਾ ਸਵਾਦੀ ਬਣ ਜਾਣਾ ਅੱਗ ਬਲਦੀ ਪਈ ਹੈ ਪਾਂਬੜ ਥੱਲੇ ਲਾਂਬੂ ਨਿਕਲਦੇ ਪਏ ਨੇ ਲੋ ਜੀ ਇਹ ਥੋਮ 'ਤੇ ਅਦਰਕ ਪਾਉਣ ਲੱਗਿਆ ਹੁਣ ਅਦਰਕ ਵਿੱਚ ਹੀ ਰਹਿ ਗਈ ਪਾਣੀ ਪਾ ਪਿਆਜ਼ ਕੱਟ ਸਪੀਡ ਮਾਰ ਪਿਆਜ਼ ਕੱਟ ਚੜ ਗਈ ਬਾਲੇ ਅੱਗ ਜਿਹੜੀ ਗੱਟੂ ਬਾਲਾ ਲੈ ਕੋਈ ਚੁੱਕ ਕੇ ਆਪਣੇ ਵੱਲੋਂ ਨਹੀਂ ਜੀ ਟੱਪੇ ਚ ਮੈਂ ਮਕਾ ਸੀ ਮੈਂ ਮੇਰਾ ਅੱਬਾ ਜੀ ਇੱਥੇ ਬੈਠਾ ਮੈਂ ਨਹੀਂ ਗਿਆ ਮੁੱਕ ਗਈ ਇਹ ਟੱਪੇ ਚਾਚੇ ਤੋਂ ਡਰ ਰਹੇ ਨਹੀਂ ਲਿਆ ਯਾਰ ਕੋਈ ਬਾਲਾ ਚੁੱਕ ਕੇ ਉਹ ਤੇ ਖੁਰਲੀ ਦਾ ਬੰਬੂ ਪੇ ਆਦਾ ਰੇੜੀ ਦਾ ਉਹ ਲਾ ਲੈ ਓਏ ਆ ਹੀ ਬੜਾ ਵਾਧੂ ਵੇ ਹੈ ਬੜਾ ਹੈ ਵਾਧੂ ਹੈ ਲੋ ਜੀ ਹਨ ਪੈਣ ਲੱਗਾ ਪਿਆਜ਼ ਇਹ ਆਖਰੀ ਚੀਜ਼ ਸੀ ਇਹ ਵੀ ਪੈ ਗਿਆ ਤੇ ਹੋਰ ਵੀ ਕੁਛ ਆ ਹੀ ਚਰਬੀ ਰੱਖੀ ਹੈ ਮੈਂ ਕਿਹਾ ਘਿਓ ਨਹੀਂ ਪਾਵਾਂਗੇ ਚਰਬੀ ਪਾ ਲਾਂਗੇ ਵੇਖ ਲਓ ਜੇ ਘਿਓ ਪਾਉਣਾ ਤੇ ਘਿਓ ਪਾ ਲਓ ਜੀ ਚਰਬੀ ਕਿਉਂ ਚਾਚਾ ਚਰਬੀ ਪਾਈ ਨਹੀਂ ਸੁੱਟ ਲਓ ਘਿਓ ਹਾਂ ਘਿਓ ਥੋੜਾ ਪਾ ਲਿਆ ਜੀ ਘਿਓ ਥੋੜਾ ਪਾ ਲਿਆ ਚੱਲ ਚਰਬੀ ਤੋਂ ਚਰਬੀ ਤੋਂ ਯਾਰ ਕੀ ਜਦੋਂ ਤੁਸੀਂ ਮਸਾਲਾ ਪਾਉਂਦੇ ਵਿੱਚ ਥੋੜਾ ਪਾਣੀ ਪਾ ਦਿੰਦੇ ਲੈ ਲਾ ਕਿ ਚੋਲਸ ਤੁਹਾਨੂੰ ਆਇਆ ਨਹੀਂ ਉਹ ਨਾ ਲੇਲੇ ਨੇ ਜਾਂ ਥਲ ਦੇ ਲਾਕੇ ਜੋ ਆਇਆ ਖਾਦਾ ਸੀ ਇਹਦੀ ਅੱਗ ਮੱਕੀ ਤੇ ਕਰਦੇ ਆ ਥੱਲੇ ਅੱਗ ਤੇਜ਼ ਕਰੋ ਇਹਨੂੰ ਚਾੜੋ ਪਾਂਬੜ ਲੋ ਜੀ ਪੱਕਦਾ ਪਿਆ ਚੱਕਰਾਂ ਗਲਿਆ ਗਲਿਆ ਕਿ ਨਹੀਂ ਨੇੜੇ ਲੱਗ ਗਿਆ ਪਾਣੀ ਖੁਸ਼ਕ ਹੋ ਗਿਆ ਬੋਟੀ ਵੀ ਚੱਜਦੀ ਪਾਈ ਫੜੋ ਇਹਨੂੰ ਤਾਂ ਫੜ ਲੈਂਦੇ
ਅਨਾਲ ਦੇ ਚੱਕਰਾ ਇਹਦਾ ਚਾਚੇ ਨੂੰ ਚੱਕਰਾ ਚਾਚਾ ਕਰ ਹਾਂ ਚਾਚਾ ਕਰ ਹਾਂ ਚਾਚਾ ਹਲੇ ਕਸਰ ਹੈ ਥੋੜੀ ਹੈ ਉਹ ਹੀ ਅੰਦਰ ਚਾਚਾ ਦੱਸੇਗਾ ਵਡੇਰਾ ਬੰਦਾ ਪੁਰਾਣਾ ਖਾਣ ਵਾਲਾ ਇਹਦੇ ਵਿੱਚ ਪਾਣੀ ਵੀ ਹੈ ਹਾਂ ਲੂਣ ਥੋੜਾ ਜਿਹਾ ਘੱਟ ਲੱਗਦਾ ਜਿਵੇਂ ਜਿਵੇਂ ਪਾਣੀ ਖੁਸ਼ਕ ਹੋਣਾ ਹੋ ਜਾਣਾ ਨਾ ਕੰਮ ਤੇਜ਼ ਹੋ ਜਾਣਾ ਹਾਂ ਹਲੇ ਥੋੜੀ ਜਿਹੀ ਕਸਰ ਆ ਜੇ ਪਾਣੀ ਬੜਾ ਪਾਣੀ ਖੁਸ਼ਕ ਹੋ ਜਾਣਾ ਹਾਂਜੀ ਤੇ ਪੱਕ ਗਿਆ ਟੇਸਟ ਮਜ਼ਾ ਆ ਗਿਆ ਨਾਲ ਦੀ ਨਾਲ ਖਾਈ ਜਾਂਦੇ ਨੇ ਕਹਿੰਦੇ ਨਾਲੇ ਗਲੀ ਜਾਏਗਾ ਨਾਲੇ ਖਾਈ ਜਾਂਦੇ ਆ ਭੁੱਖ ਲੱਗੀ ਸੀ ਤੇ ਨਾਲੇ ਇਕੱਠਾ ਖਾਣ ਪੈਂਦੇ ਸਾਰਾ ਖਾਧਾ ਵੀ ਨਹੀਂ ਸੀ ਜਾਣਾ ਕਿਉਂ ਚਾਚਾ ਇਹ ਨਾਲ ਦੀ ਨਾਲ ਜਿਹੜਾ ਨਾ ਇਹ ਨਾਲ ਦੀ ਨਾਲ ਪੁੰਜੀ ਜਾਏ ਮਜ਼ੇਦਾਰ ਮਜ਼ਾ ਆ ਗਿਆ ਬਾਈ ਲੋ ਜੀ ਹੋ ਗਿਆ ਤਿਆਰ ਤੇ ਬੰਦੇ ਵੀ ਪੂਰੇ ਹੋ ਗਏ ਨੇ ਜਾਨੀ ਰੋਟੀਆਂ ਲੈ ਕੇ ਆਇਆ सारे लगे ने हुण खान क्यों है मजेदार पक्या हां जानी अज खुश हो गए खा अज केड़ा कुकड़ है अज बकरा है पूरा बकरा सी क्यों चाचा मजेदार है हाँ हाँ मजा आया ये पा अगे कुकड़ दी एक लत खाई जांदा सी अज मका के वाह क्यों भाई पा मजेदार है जानी मजा ही आ गया अच्छा चल रज के खाओ फिर तू नहीं खांदा ए चेक करदा करदा ना रज गया ते अज दा व्लॉग सी अपना बकरा लिया सियाल लंघन वाला अस क्या बकरा खा लीए तो खत्म करते हैं इंशाल्लाह मिलते हैं अगले ब्लॉग च चैनल सब्सक्राइब लाजमी करना लाइक शेयर भी लाजमी करना मिलते हैं अगले ब्लॉग च।